السلام عليكم. علي حسن كانغ بلاك تو علي حسن امید ہے سارے ٹھیک ہو گئے الحمد للہ اللہ پاک دا شکر ہے کہ میں بالکل ٹھیک ہاں تقریباً 3 بجے دا ٹائم ہے ٹیمپریچر 47 تو 48 ڈگری فل گرمی تے بنا رہے ہیں اسی اپنا ہے ٹریکٹر واسطے گراج پہلے ایک مکان بنیا سی جنوں پنجابی دے وچ اسی سواد کہی دا تے ساڈے سرائے کی بھن پرا جڑے او بھا والی کوٹھی وی کہہ لئی دے نوں تے ਉਹਦੀ ਆਲਟਰੇਸ਼ਨ ਕਰਕੇ ਤੇ ਥੋੜਾ ਜਿਹਾ ਕੋਈ 4-5 ਵਾਰ ਉਹਨੂੰ ਉੱਚਾ ਕੀਤਾ ਤੇ ਉਹਦੇ ਬਾਅਦ ਹੁਣ ਉਹਨੂੰ ਉਹਦੀ ਛੱਤ ਪੈ ਰਹੀ ਆ ਅੱਜ ਪਹਿਲੇ ਸੀ ਇਹ ਇੱਥੇ ਤੱਕ ਤੇ ਉਹਦੇ ਬਾਅਦ 1 2 3 4 5 6 7 ਤਕਰੀਬਨ 7 ਤੋਂ 8 ਵਾਰ ਹਾਂ ਇੱਧਰ ਇੱਕ ਵਾਰ ਜਿਹੜਾ ਹੈਗਾ ਨਾ ਆਹ ਵਾਲਾ ਇਹ ਹੈਗਾ ਐਕਸਟਰਾ 8 ਵਾਰ ਇਹਦੇ 'ਚ ਉੱਚਾ ਕੀਤਾ ਇਹਨੂੰ ਫਰੈਸ਼ ਸਾਈਡ 'ਤੇ ਇਹਦੇ 'ਤੇ ਲੈਂਟਰ ਪਾ ਕੇ ਤੇ ਥੱਲੋਂ ਦੀਵਾਰ ਕੱਢ ਦਿੱਤੀ ਆ ਤੇ ਇੱਥੇ ਹੁਣ ਲਾਵਾਂਗੇ ਸ਼ਟਰ ਗੇਟ ਤੇ ਮੁੰਨਾ ਭਾਈ ਇਸ ਟਾਈਮ ਘਰ ਫੁੱਲ ਜ਼ੋਰੋ ਸ਼ੋਰ ਨਾਲ ਧੁੱਪੇ ਬਣਾ ਰਿਹਾ ਬਸ ਮੈਂ ਇਸ ਟਾਈਮ ਆਇਆ ਮੈਂ ਤੁਹਾਨੂੰ ਸੋਚਿਆ ਕਿ ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਕਰਾਂ ਤੇ ਇਹਦਾ ਬਾਹਰ ਦਾ ਨਜ਼ਾਰਾ ਤੁਹਾਨੂੰ ਕਰਾਵਾਂ ਕਿ ਇਸ ਜਗ੍ਹਾ ਤੱਕ ਇਸ ਬਨੇਰੇ ਤੱਕ ਸੀਗਾ ਤੇ ਫਿਰ ਉਹਦੇ ਬਾਅਦ ਆ ਉੱਤੇ ਕੀਤਾ ਤੇ ਓਏ ਆਹ ਖੜਾ ਜੀ ਸਾਡਾ ਸਾਦ ਮੁਹੰਮਦ ਕੀ ਨਾਮ ਆ ਤਾਂ ਭਾਈ ਤੁਹਾਡਾ ਇਹ ਹੈਗਾ ਜੀ ਸਾਡੇ ਸ਼ਫੀਕ ਭਾਈ ਹਰ ਫਨ ਮੌਲਾ ਹਰ ਕੰਮ ਕਰ ਲੈਂਦੇ ਆ ਕੋਈ ਐਸਾ ਕਾਰੀਗਰੀ ਦਾ ਕੰਮ ਨਹੀਂ ਕਿ ਜਿਹੜਾ ਇਹ ਨਾ ਕਰ ਸਕਦੇ ਹੋ ਤੈਲ ਸਾਦੇ ਉੱਤੇ ਪਾ ਕੇ ਉੱਤੇ ਛਾਪਰ ਪਾ ਦਿੱਤਾ ਗਿਆ ਵਾ ਤੇ ਇਸ ਟਾਈਮ ਭਾਈ ਸ਼ਫੀਕ ਬਨੇਰਾ ਬਣਨ ਲੱਗੇ ਇਹਨਾਂ ਦੇ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਹਰ ਫਨ ਮੌਲਾ ਵਾ ਪੀਟਰਾਂ ਦਾ ਕੋਈ ਕੰਮ ਹੋਵੇ ਉਹ ਵੀ ਕਰ ਲੈਣਾ ਟਰੈਕਟਰਾਂ ਦਾ ਕੰਮ ਹੋਵੇ ਉਹ ਵੀ ਕਰ ਲੈਣਾ ਮੋਟਰਸਾਈਕਲਾਂ ਦਾ ਕੋਈ ਕੰਮ ਹੋਵੇ ਉਹ ਵੀ ਕਰ ਲੈਣਾ ਤੇ ਇਸ ਟਾਈਮ ਸਾਲ ਇਹਨੂੰ ਕਹਿੰਦੇ ਹੁੰਦੇ ਸਾਲ ਸਾਲ ਕਰ ਰਿਹਾ ਤੇ ਇਹਨਾਂ ਦਾ ਇੱਕ ਵਾਰੀ ਇੱਕ ਬਿਆਨ ਆਇਆ ਸੀ ਜਿਹੜਾ ਬਹੁਤ ਮਸ਼ਹੂਰ ਹੋਇਆ ਇਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਯਾਰ ਜੇ ਅਗਰ ਉੜਿਆ ਜਾਂਦਾ ਜਹਾਜ਼ ਖਰਾਬ ਹੋ ਜਾਏ ਤਾਂ ਬਣਾ ਸਕਦਾ ਇਹਨਾਂ ਨੇ ਅੱਗੋਂ ਕਿਹਾ ਸੀਗਾ ਕਿ ਜੇ ਮੈਨੂੰ ਉੱਥੋਂ ਕੋਈ ਲੈ ਜਾਵੇ ਤਾਂ ਮੈਂ ਬਣਾ ਸਕਦਾ ਫਸਟ ਤਜਰਬੇ ਸਾਬਤ ਹੋਇਆ ਕਿ ਇਹਨਾਂ ਕੋਲ ਕਾਰੀਗਰੀ ਦੀਆਂ ਪੰਡਾਵਾਂ ਤੇ ਆਹ ਭਾਈ ਮੋਹਨ ਭਾਈ ਸਾਰੀ ਭਾਈ ਦਾ ਛੋਟਾ ਭਾਈ ਤੇ ਇੱਧਰ ਨੌਜਵਾਨ ਕੰਮ ਨਾਲ ਬਿਹੜ ਰਹੇ ਆ ਮੁੰਨਾ ਭਾਈ ਤਾਂ ਕੱਢ ਰਿਹਾ ਤੇ ਓ ਓ ਹੈਲੋ ਅਜਾਨ ਹੈਲੋ ਓ ਦਿਸਿਆ ਕਾਮੀ ਭਾਈ ਮੇਰੀ ਡਿਊਟੀ ਹੈਗੀ ਆ ਥੱਲੋਂ ਕਾਮੀ ਭਾਈ ਕੋਈ ਟੱਪ ਫੜ ਕੇ ਤੇ ਉੱਤੇ ਫੜਾਉਣੇ ਆ ਤੇ ਇਸ ਟਾਈਮ ਮੈਂ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ ਵਾਂ ਇੱਟਾਂ ਵਾਹਵਾ ਇਕੱਠੀਆਂ ਕਰ ਦਿੱਤੀਆਂ ਵਾਂ ਹੁਣ ਮੁੱਕਣਗੀਆਂ ਸ਼ਫੀਕ ਭਾਈ ਕੋਲੋਂ ਤਾਂ ਮਜ਼ੀਦ ਥੱਲੋਂ ਫੜਾਂਗੇ ਕਹਿੰਦਾ ਟਰੈਕਟਰ ਆਇਆ ਉਦਣ ਦੀ ਕੋਈ ਨਾ ਕੋਈ ਉਹਦੀ ਕੰਮ ਉਹਦਾ ਹੋ ਹੀ ਰਿਹਾ ਵਾ ਕਦੀ ਉਹਦੀ ਛੱਤ ਲਵਾਉਣੀ ਆ ਕਦੀ ਉਹਦੇ 'ਤੇ ਮਨੋਰੰਜਨ ਦਾ ਸਮਾਨ ਮਤਲਬ ਕੋਈ ਸਾਊਂਡ ਵਗੈਰਾ ਕੋਈ ਸਪੀਕਰ ਵਗੈਰਾ ਲਵਾਉਣਾ ਕਦੀ ਉਹਦੇ ਮਗਰ ਪਿੱਛੇ ਹੋਕ ਲੱਗਣ ਡਈ ਆ ਕਦੀ ਉਹਦਾ ਗਰਾਜ ਬਣ ਡਿਆ ਵਾ ਉਦਣ ਦੇ ਬਸ ਇਹਨਾਂ ਹੀ ਕੰਮਾਂ ਦੇ ਵਿੱਚ ਤੁਰੇ ਪੈਣ ਡਏ ਹਾਂ ਅਸੀਂ ਇਹ ਟਰੈਕਟਰ ਲੈ ਕੇ ਤਾਂ ਰੱਖਣੇ ਸਾਹਮਣੇ ਜਿਹੜੇ ਏਡੇ ਕੋਈ ਸੌਖੇ ਨਹੀਂ ਗੇ ਇਹਨਾਂ ਦਾ ਕਈ ਕੁਛ ਹੀ ਕਰਨਾ ਪੈਂਦਾ ਹੁੰਦਾ ਨਵੇਂ ਟਰੈਕਟਰਾਂ ਦਾ ਖਾਸ ਕਰ ਅਤੇ ਤੁਹਾਨੂੰ ਅੱਜ ਮੈਂ ਦਿਖਾਉਂਦਾ ਵਾਂ ਕਿ ਮੇਰਾ ਟਰੈਕਟਰ ਜਿਹੜਾ ਹੈਗਾ ਵਾ ਉਹਦੇ ਵਿੱਚ ਕੀ ਤਬਦੀਲੀਆਂ ਮੈਂ ਕੀਤੀਆਂ ਵਾਂ ਅਤੇ ਉਹਦੀ ਨਿਊ ਲੁੱਕ ਕਿਸ ਤਰ੍ਹਾਂ ਦੀ ਲੱਗਦੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਵਾਂ ਇਸ ਵਾਸਤੇ ਮੇਰੀ ਵੀਡੀਓ ਨੂੰ ਮੁਕੰਮਲ ਦੇਖਿਓ ਵੀਡੀਓ ਸਕਿੱਪ ਨਹੀਂ ਕਰਨੀ ਇਹਨੂੰ ਵੀਡੀਓ ਨੂੰ ਪੂਰਾ ਦੇਖਣਾ ਤੁਸੀਂ ਅਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਇਹਨੂੰ ਸ਼ੇਅਰ ਵੀ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਹੈ ਜੀ ਕਿ ਜਿਹੜੇ ਮੈਨੂੰ ਸਪੋਰਟ ਕਰ ਰਹੇ ਆ ਹੋਰ ਗੱਲ ਕਿ ਕੱਲ੍ਹ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਸਾਹਿਬ ਉਹਨਾਂ ਦਾ ਮਰਡਰ ਹੋ ਗਿਆ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਬੜਾ ਮੈਨੂੰ ਦਿਲੀ ਅਫਸੋਸ ਹੋਇਆ ਸਾਧ ਹਸਨ ਕੁਝ ਨਹੀਂ ਫਿਰਦਾ ਸਾਧ ਹਾ ਕੀ ਆ ਤਾਂ ਕਰੇ ਤਾਂ ਉਹਨੂੰ ਕਰਨਾ ਨਹੀਂ ਚੁੱਕੇ ਦਹਾ ਦਾ ਨਾ ਦਹਾ ਨਾ ਫੜ ਕੇ ਤਾਂ ਉਹਨੂੰ ਕਰਕੇ ਦਹਾ ਇਹਦਾ ਇਹ ਕੀ ਆ ਕਾਹਦਾ ਮਿਲਿਆ ਤੈਨੂੰ ਹੈ ਕਿਹੜੀ ਕਲਾਸ ਦਾ ਕਿੰਨਵੀਂ ਪੋਜੀਸ਼ਨ ਆਈ ਤੇਰੀ ਸਾਧੋ ਸੰਦੀਪ ਜੀ ਫਸਟ ਪੋਜੀਸ਼ਨ ਆਈ ਤੁਹਾਨੂੰ ਮਿਲਿਆ ਮੈਡਲ ਲਓ ਜੀ ਗਾਰੇ ਦੀ ਸਪਲਾਈ ਸਟਾਰਟ ਹੋ ਗਈ ਆ ਕੇਨ ਦੇ ਵਿੱਚ ਸਾਬਲ ਨੇ ਆਪਣਾ ਨਵਾਂ ਹੀ ਫਾਰਮੂਲਾ ਸਟਾਰਟ ਸ਼ੁਰੂ ਕਰ ਲਿਆ ਇਹ ਤੇਰਾ ਭਲਾ ਹੌਲੀ ਹੌਲੀ ਖੜੀ ਹੌਲੀ ਹੌਲੀ ਠੱਕ ਠੱਕ ਨਾ ਕਰੀ ਛੱਤ ਦੀ ਭਰਾਈ ਸਟਾਰਟ ਹੋ ਚੁੱਕੀ ਆ ਵਿਦ ਗਾਰਾ ਸ਼ਫੀਕ ਭਾਈ ਆਪਣੀ ਕਾਰੀਗਰੀ ਤੇ ਖੂਬ ਜੌਹਰ ਦਿਖਾ ਰਹੇ ਆ ਹਾਂ ਟੁੱਟ ਜਾਣੀ ਸੁੱਟਿਆ ਮੈਨੂੰ ਫੜਾ ਉਰੇ ਇਹ ਮੈਨੂੰ ਫੜਾ ਮੈਂ ਉੱਥੇ ਫੜਾਵਾਂ ਜਿਹੜਾ ਆਊਗਾ ਉਹਨੂੰ ਫੜਾ ਦੂੰ ਆ ਜਾਂਦਾ ਆਪਣੀ ਕੇਨ ਲੈ ਜੀ ਭਾਈ ਸਾਬਰ ਭਾਈ ਆਪਣੀ ਕੇਨ ਲੈ ਜੀ
ਫਾਈਨਲੀ ਛੱਤ ਸਾਰੀ ਲਿਫ ਹੋ ਗਈ ਅਤੇ ਬਾਕੀ ਸਾਰਿਆਂ ਦਾ ਕੰਮ ਨਿਬੜ ਗਿਆ, ਮੇਰਾ ਤਾਂ ਭਾਅ ਜੀ ਸ਼ਫੀਕ ਦਾ ਰਹਿ ਗਿਆ ਆ ਬਨੇਰਾ ਜਿਹੜਾ ਹੈਗਾ ਇਹ ਲਾਉਣਾ, ਅਤੇ ਇਹ ਹੁਣ ਲਾ ਕੇ ਅਤੇ ਫਿਰ ਮੈਂ ਤੁਹਾਨੂੰ ਆਪਣੇ ਟਰੈਕਟਰ ਦੀ ਨਿਊ ਲੁੱਕ ਚੈੱਕ ਕਰਾਉਣਾ। ਹਾਂਜੀ ਫਾਈਨਲੀ ਸਾਰਾ ਕੰਮ ਨਿਬੜ ਗਿਆ, ਛੱਤ ਦੇ ਉੱਤੇ ਮਿੱਟੀ ਵੀ ਪਾ ਲਈ, ਚਾਹਾ ਪਾ ਲਿਆ ਅਤੇ ਬਾਕੀ ਹੋਰ ਕੰਮ ਵੀ ਗਰਾਜ ਦਾ ਫਾਈਨਲ ਹੋ ਗਿਆ, ਹੁਣ ਲੱਗ ਰਹਿ ਗਿਆ ਵਾ ਸ਼ਟਰ ਲੱਗਣ ਵਾਲਾ, ਅਤੇ ਉਹ ਇਨਸ਼ਾਅੱਲਾ ਸਵੇਰੇ ਲਾਵਾਂਗੇ। ਅਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਵਾਂ ਆਪਣੇ ਟਰੈਕਟਰ ਦੀ ਫਾਈਨਲ ਲੁੱਕ, ਮੇਰੀ ਲੁੱਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਸਾਰਾ ਦਿਨ ਗਰਮੀ ਦੇ ਵਿੱਚ ਕੰਮ ਕਰ ਕਰਕੇ ਅਤੇ ਅੱਖਾਂ ਵੀ ਲਾਲ ਸੋਈਆਂ ਅਤੇ ਹਾਲਾਤ ਜ਼ਰਾ ਢਿੱਲੇ ਹੀ ਆ। ਹੁਣ ਮੈਂ ਤੁਹਾਨੂੰ ਆਪਣੇ ਟਰੈਕਟਰ ਦੀ ਲੁੱਕ ਦਿਖਾਉਣਾ, ਫਿਰ ਤੁਹਾਡੇ ਕੋਲ ਲੈਂਦੇ ਹਾਂ ਚੱਜ। ਹਾਂਜੀ ਅਤੇ ਗਾਈਸ ਚੈੱਕ ਕਰੋ ਟਰੈਕਟਰ ਦੀ ਨਿਊ ਲੁੱਕ, ਟਰੈਕਟਰ ਦੇ ਉੱਤੇ ਹੁੱਡ ਛੱਤਰੀ ਵੀ ਲਾ ਦਿੱਤੀ ਗਈ ਆ ਅਤੇ ਮਨੋਰੰਜਨ ਦਾ ਸਮਾਨ ਵੀ ਲਾ ਦਿੱਤਾ ਗਿਆ। ਸਾਬਰ ਕਰਿਆਨਾ ਸਟੋਰ ਐਂਡ ਰਿਪੇਅਰਿੰਗ ਸੈਂਟਰ ਵਾਲੇ ਬਾਈ ਨੇ ਸਾਨੂੰ ਆਹ ਸਪੀਕਰ ਬਾਕਸ ਤਿਆਰ ਕਰਕੇ ਦਿੱਤੇ ਆ। ਇਹਦੇ ਵਿੱਚ ਅਸੀਂ ਉਹ ਸਪੀਕਰ ਇਸਤੇਮਾਲ ਕੀਤੇ ਜਿਹਦੇ ਤੁਹਾਨੂੰ ਮੈਂ ਦਿਖਾਏ ਸੀਗੇ, ਜਿਹਨਾਂ ਦੀ ਦੇਸੀ ਸਟਾਈਲ ਦੇ ਵਿੱਚ ਸਾਊਂਡ ਟੈਸਟਿੰਗ ਕਰਕੇ ਤੁਹਾਨੂੰ ਦਿਖਾਈ ਸੀਗੀ ਕਿ JBL ਸਟੇਜ 2 604 ਸੀ, ਇਹ ਉਹ ਸਪੀਕਰ ਇਹਦੇ 'ਚ ਉਹ ਇਸਤੇਮਾਲ ਕੀਤੇ ਆ ਅਤੇ ਬਾਕੀ ਤੁਸੀਂ ਦੇਖ ਸਕਦੇ ਹੋ। ਹਾਂਜੀ ਪਿੱਛੋਂ ਵੀ ਚੈੱਕ ਕਰੋ ਇਹਦਾ ਸਾਰਾ ਨਜ਼ਾਰਾ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਮੈਨੂੰ ਕਿ ਕੈਸਾ ਲੱਗਾ। ਅਤੇ ਇੱਕ ਹੋਰ ਚੀਜ਼ ਵੀ ਦਿਖਾਉਣਾ ਤੁਹਾਨੂੰ ਮੈਂ, ਚੈੱਕ ਕਰੋ ਜੀ ਅਤੇ ਉਮੀਦ ਆ ਤੁਹਾਨੂੰ ਅੱਜ ਮੇਰੀ ਵੀਡੀਓ ਪਸੰਦ ਆਈ ਹੋਊਗੀ, ਅਗਰ ਪਸੰਦ ਆਈ ਆ ਤਾਂ ਇਹਨੂੰ ਲਾਈਕ ਕਰੋ ਅਤੇ ਕਮੈਂਟ ਕਰੋ, ਇਹਨੂੰ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਵੀ ਦੱਬਿਓ ਅਤੇ ਜੀਂਦੇ ਵੱਸਦੇ ਰਹੋ। ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਅਸਲਾਮ ਵਾਲੇਕੁਮ।